ਸਤਿ ਸ਼੍ਰੀ ਅਕਾਲ ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਵਧਿਆ ਕਲੇਸ਼। ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਾਮਲੀ ਤੋਂ ਵਿਧਾਇਕ ਬਲਕੌਰ ਸਿੰਘ ਨੇ ਅਕਾਲੀ ਦਲ ਛੱਡ ਬੀਜੇਪੀ ਦਾ ਪੱਲਾ ਫੜਿਆ। ਬਲਕੌਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਤੇ ਸੁਖਬੀਰ ਬਾਦਲ ਹੋਏ ਲੋਹੇ ਲਾਖੇ। ਭਾਜਪਾ ਤੇ ਮਰਿਆਦਾ ਤੋੜਨ ਦੇ ਲਗਾਏ ਆਰੋਪ। ਕਿਹਾ ਹਰਿਆਣਾ ਵਿੱਚ ਅਕਾਲੀ ਦਲ ਆਪਣੇ ਦਮ ਤੇ ਲੜੇਗੀ ਚੋਣਾਂ। ਜ਼ਿਮਨੀ ਚੋਣਾਂ ਤੇ ਪੱਖੀ ਸਿਆਸਤ। ਮੁੱਲਾਪੁਰ ਦਾਖਾ ਵਿੱਚ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ। ਆਪ ਉਮੀਦਵਾਰ ਅਮਨਦੀਪ ਮੋਹੀ ਤੇ ਅਕਾਲੀ ਉਮੀਦਵਾਰ ਮਨਪ੍ਰੀਤ ਏਆਲੀ ਨੇ ਭਰੀਆਂ ਨਾਮਜ਼ਦਗੀਆਂ। ਆਪੋ ਆਪਣੀ ਜਿੱਤ ਦੇ ਕੀਤੇ ਦਾਅਵੇ। ਪੁਲਿਸ ਵੱਲੋਂ ਅਟਾਰੀ ਬਾਰਡਰ ਕੋਲੋਂ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ। ਇੱਕ ਸ਼ਖਸ ਨੂੰ ਲਿਆ ਹਿਰਾਸਤ ਵਿੱਚ। ਤਰਨ ਤਾਰਨ ਤੋਂ ਫੜੇ ਗਏ ਖਾਲਿਸਤਾਨੀ ਸਮਰਥਕਾਂ ਤੇ ਉੱਠੀ ਉਂਗਲੀ। ਵੱਡੇ ਹਮਲੇ ਦੀ ਬਣਾ ਰਹੇ ਸਨ ਯੋਜਨਾ। ਪੁਲਿਸ ਦੀ ਜਾਂਚ ਜਾਰੀ। ਤੇ ਸੂਬੇ ਭਰ ਵਿੱਚ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ। ਮਨਰੇਗਾ ਵਰਕਰਾਂ, ਬੇਰੁਜ਼ਗਾਰ ਅਧਿਆਪਕਾਂ, ਕਰਜ਼ਾਈ ਕਿਸਾਨਾਂ ਤੇ ਹੋਰ ਮੁਲਾਜ਼ਮਾਂ ਵੱਲੋਂ ਧਰਨੇ ਜਾਰੀ। ਕਈ ਥਾਈਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਕਾਰੀ ਭੁੱਖ ਹੜਤਾਲ ਤੇ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸ਼੍ਰੋਮਣੀ ਅਕਾਲੀ ਦਲ ਨੂੰ ਹਰਿਆਣਾ ਵਿੱਚੋਂ ਵੱਡਾ ਝਟਕਾ ਲੱਗਾ ਏ। ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਾਂਵਾਲੀ ਤੋਂ ਵਿਧਾਇਕ ਬਲਕੌਰ ਸਿੰਘ ਨੇ ਅਕਾਲੀ ਦਲ ਛੱਡ ਬੀਜੇਪੀ ਦਾ ਕਮਲ ਫੜ ਲਿਆ ਏ। ਪਾਰਟੀ ਛੱਡਣ ਤੋਂ ਬਾਅਦ ਉਹਨਾਂ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਅਕਾਲੀ ਦਲ ਚੋਣਾਂ ਲਈ ਤਿਆਰ ਨਹੀਂ। ਉਹਨਾਂ ਨੂੰ ਬੀਜੇਪੀ ਤੋਂ ਆਫਰ ਮਿਲਿਆ, ਇਸ ਲਈ ਉਹਨਾਂ ਆਪਣੇ ਸਿਆਸੀ ਕਰੀਅਰ ਲਈ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਵਿੱਚ ਰਹਿ ਕੇ ਉਹ ਹੁਣ ਤੱਕ ਆਪਣੇ ਹਲਕੇ ਵਿੱਚ ਜੋ ਕੰਮ ਨਹੀਂ ਕਰ ਪਾਏ ਉਹ ਹੁਣ ਬੀਜੇਪੀ ਨਾਲ ਜੁੜ ਕੇ ਕਰਨਗੇ। ਵਿਧਾਇਕ ਬਲਕੌਰ ਸਿੰਘ ਨੇ ਕਿਹਾ ਕਿ ਜੇ ਅਕਾਲੀ ਦਲ ਵੀ ਹਰਿਆਣਾ ਵਿੱਚ ਚੋਣ ਲੜੇ ਤਾਂ ਉਹਨਾਂ ਦਾ ਸਵਾਗਤ ਹੈ। शामिल हो रही है, इस परिवार के अंदर जुड़ रही है। तीनों का अपने अपने क्षेत्र में विशेष योगदान है, अहम योगदान है। ਹਰਿਆਣਾ ਚੋਣਾਂ ਨੂੰ ਲੈ ਕੇ ਅਕਾਲੀ ਭਾਜਪਾ ਵਿੱਚ ਤਕਰਾਰ ਵੱਧ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਜੇਪੀ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਹਰਿਆਣਾ ਚੋਣਾਂ ਨੂੰ ਲੈ ਕੇ ਕਿਹਾ ਹੈ ਕਿ ਬੀਜੇਪੀ ਨੇ ਗੱਠਜੋੜ ਦੀ ਮਰਿਆਦਾ ਨਹੀਂ ਨਿਭਾਈ। ਬੀਜੇਪੀ ਤੋਂ ਉਹਨਾਂ ਨੂੰ ਅਜਿਹੀ ਉਮੀਦ ਨਹੀਂ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਵਿਧਾਇਕ ਨੂੰ ਬੀਜੇਪੀ ਵਿੱਚ ਸ਼ਾਮਲ ਕਰਵਾਉਣਾ ਸਿਧਾਂਤਾਂ ਦੇ ਖਿਲਾਫ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਚੋਣਾਂ ਅਕਾਲੀ ਦਲ ਆਪਣੇ ਦਮ ਤੇ ਲੜੇਗੀ। ਦੇਖੋ, ਇੱਕ ਮਰਿਆਦਾ ਹੁੰਦੀ ਹੈ ਰਿਲੇਸ਼ਨਸ਼ਿਪ ਦੀ। ਜਿਹੜਾ ਬੀਜੇਪੀ ਨੇ ਸਾਡੇ MLA ਨੂੰ, ਸਿਟਿੰਗ MLA ਨੂੰ ਜੁਆਇਨ ਕਰਾਇਆ, ਇਟ ਇਜ਼ ਅਨਐਥੀਕਲ ਐਂਡ ਉਹ ਮਰਿਆਦਾ ਭੰਗ ਕੀਤੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਹੈਜ਼ ਡਿਸਾਈਡਿਡ ਕਿ ਹਰਿਆਣੇ 'ਚ ਅਸੀਂ ਇਕੱਲੇ ਲੜਾਂਗੇ। ਨਹੀਂ, ਪੰਜਾਬ ਸਾਡੀ ਅਲਾਇੰਸ ਹੈ, ਕੋਈ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ। ਪੰਜਾਬ ਅਤੇ ਦਿੱਲੀ 'ਚ ਸਾਡੀ ਅਲਾਇੰਸ ਪੂਰੀ ਕਾਇਮ ਹੈ। ਸੀ ਦੇਖੋ, ਗੱਲ ਹੈ ਕਿ ਸਾਡੀ ਅਲਾਇੰਸ ਪਹਿਲੇ ਵੀ ਨਹੀਂ ਸੀ, ਪਰ ਸਾਡੇ ਨਾਲ ਕਮਿਟਮੈਂਟ ਸੀ, ਅਸੀਂ ਪੁਰਾਣੇ ਉਹਨਾਂ ਦੇ ਸਾਥੀ ਹੈ। ਫਿਰ ਵੀ ਜਿਹੜਾ ਕੰਮ ਕੀਤਾ ਸਟਰੋਂਗਲੀ ਕੰਡੈਮੇਬਲ ਹੈ। ਕੋਈ ਜਿਹੜੇ ਸਪੈਸ਼ਲੀ ਇੱਕ ਉਸ ਪਾਰਟੀ ਨਾਲ ਜਿਸ ਪਾਰਟੀ ਨੇ ਉਹਨਾਂ ਨਾਲ ਪੂਰੀ ਜ਼ਿੰਦਗੀ ਸਾਥ ਦਿੱਤਾ, ਉਸ ਪਾਰਟੀ ਨਾਲ ਇਹਦਾ ਕੰਮ ਕਰਨਾ ਵਿਚ ਇਜ਼ ਵੈਰੀ ਅਨਫੋਰਚੁਨੇਟ ਐਂਡ ਸਟਰੋਂਗਲੀ ਕੰਡੈਮ ਕਰਦੀ ਸਾਡੀ ਪਾਰਟੀ। ਮੈਂ ਕੁਛ ਨਹੀਂ ਕਹਿ ਸਕਦਾ। ਹਰਿਆਣਾ ਵਿੱਚ ਅਕਾਲੀ ਦਲ ਨਾਲੋਂ ਭਾਜਪਾ ਦਾ ਗੱਠਜੋੜ ਤੋੜਨ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸੁਖਬੀਰ ਬਾਦਲ ਨੂੰ ਨਖਿੱਧ ਬੰਦਾ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਫੇਲ ਹੋਣ ਵਾਲਾ ਸੁਖਬੀਰ ਬਾਦਲ ਹਰਿਆਣਾ ਵਿੱਚ ਪਾਸ ਕਿਵੇਂ ਹੋ ਸਕਦਾ ਹੈ? ਇਸ ਦੇ ਨਾਲ ਹੀ ਉਹਨਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਵੀ ਨਿਸ਼ਾਨਾ ਮਿਨਿਆ ਤੇ ਕਿਹਾ ਕਿ ਪਤਾ ਨਹੀਂ ਹਰਸਿਮਰਤ ਬਾਦਲ ਅਜੇ ਵੀ ਕੁਰਸੀ ਨਾਲ ਕਿਉਂ ਚਿੰਬੜੀ ਹੋਈ ਹੈ। ਦੱਸ ਦਈਏ ਕਿ ਹਰਿਆਣਾ ਵਿੱਚ ਅਕਾਲੀ ਵਿਧਾਇਕ ਦੀ ਭਾਜਪਾ ਵਿੱਚ ਸ਼ਮੂਲੀਅਤ ਤੋਂ ਪਏ ਫਸਾਦ ਤੋਂ ਬਾਅਦ ਅਕਾਲੀ ਦਲ ਨੇ ਉੱਥੇ ਭਾਜਪਾ ਨਾਲ ਗੱਠਜੋੜ ਤੋੜਨ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਪੰਜਾਬ ਵਿੱਚ ਵੀ ਅਕਾਲੀ ਭਾਜਪਾ ਗੱਠਜੋੜ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਕਹਿੰਦੇ ਨਾ ਕਿ ਰੱਬ ਨੇ ਬਣਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ, ਕਿ ਭਾਈ ਕੋਈ ਸੁਖਬੀਰ ਬਾਦਲ ਜੀ ਕੋਈ ਪੰਜਾਬ 'ਚ ਨਾ ਕਰੇ ਪਸੰਦ ਤੈਨੂੰ ਤੇ ਹਰਿਆਣੇ ਜਾ ਕੇ ਦੱਸ ਭਾਈ ਬਣਾਏਗਾ ਕਿ ਇੱਕ ਨਖਿੱਤ ਹਾਰਿਆ ਹੋਇਆ ਬੰਦਾ ਘੁਆਣ ਦੇ ਬਦਲੇ ਹੋਰ ਲਿਆਏਗਾ ਉੱਥੋਂ ਕੀ? ਭਾਈ ਇਹਨਾਂ ਦੋਨਾਂ ਦਾ ਜਿਹੜਾ ਗੱਠਬੰਧਨ ਆ ਇਹ ਤੇ ਨਾਪਾਕ ਗੱਠਬੰਧਨ ਆ, ਇਹ ਕੋਈ ਪਾਕ ਗੱਠਬੰਧਨ ਆ, ਔਰ ਇਹ ਇੱਕ ਦੂਸਰੇ ਨੂੰ ਬਲੈਕਮੇਲ ਕਰਦੇ ਆ। ਔਰ ਜੇ ਸੱਚਮੁੱਚ ਇਹ ਗੱਠਬੰਧਨ ਆ ਤੇ ਭਾਈ ਹਰਸਿਮਰਨ ਕੌਰ ਬਾਦਲ ਉਹ ਤਾਂ ਅਸਤੀਫਾ ਦੇ ਕੇ ਵਾਪਸ ਆਵੇ,
ਉਹ ਦਿੱਲੀ 'ਚ ਬਹਿ ਕੇ ਕੀ ਕਰ ਰਹੀ ਹੈ? ਇੱਕ ਪਾਸੇ ਲਾਲਚ ਕੁਰਸੀ ਦਾ, ਦੂਜੇ ਪਾਸੇ ਅੱਖਾਂ ਦਿਖਾਉਣੀਆਂ। ਇੱਥੇ ਭਾਈ ਜਿਨ੍ਹਾਂ ਦੇ ਖਰਚੇ ਤੇ ਉਹਨਾਂ ਦੇ ਚਰਚੇ, ਜੇ ਖਰਚਾ ਅਕਾਲੀ ਦਲ ਦੇ ਉੱਪਰ ਬੀਜੇਪੀ ਦਾ ਤਾਂ ਫਿਰ ਚਰਚਾ ਵੀ ਬੀਜੇਪੀ ਦਾ। ਉਹ ਮੈਂ ਕਿਹਾ ਜੀ ਗੱਠਬੰਧਨ ਇਹ ਤਾਂ ਸਿਰਫ ਜਿੰਨਾ ਵੀ ਗੱਠਬੰਧਨ ਹੈਗਾ ਸਾਰਾ ਸਵਾਰਥ ਦਾ ਗੱਠਬੰਧਨ ਆ, ਔਰ ਇਹ ਬੜੀ ਜਲਦੀ ਗੱਠਬੰਧਨ ਵੀ ਟੁੱਟੇਗਾ ਅਤੇ ਬੁਰੀ ਤਰ੍ਹਾਂ ਫੇਲ ਵੀ ਕਰਾਰ ਦਿੱਤੇ ਜਾਣਗੇ। ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਤੇ 3 ਮਹੀਨੇ ਪਹਿਲਾਂ ਹੈਰਾਨਕੁਨ ਕਲੋਜ਼ਰ ਰਿਪੋਰਟ ਦੇਣ ਵਾਲੀ CBI ਵੱਲੋਂ ਫਿਰ ਤੋਂ ਇਸ ਮਾਮਲੇ ਦੀ ਜਾਂਚ SIT ਦੇ ਹਵਾਲੇ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆਏ। ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਇਸ ਨੂੰ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਦੀ ਮਰਿਆਦਾ ਦਾ ਤਾਣ, ਅਦਾਲਤਾਂ ਦੀ ਤੋਹੀਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਕਾਰਾਂ ਹੱਥੋਂ ਵਾਰ ਵਾਰ ਹੋ ਰਹੀ ਬੇਅਦਬੀ ਦੱਸਿਆ ਹੈ। ਆਪ ਆਗੂਆਂ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਬਾਦਲ ਪਰਿਵਾਰ ਕਰ ਰਿਹਾ ਹੈ। ਹੋਰ ਰਸੂਖਦਾਰ ਲੋਕਾਂ ਤੇ ਅਫਸਰਾਂ ਨੂੰ ਬਚਾਉਣ ਲਈ ਪੰਜਾਬ ਦੀ ਕੈਪਟਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਮਜ਼ਾਕ ਸਮਝ ਲਿਆ ਹੈ। ਇੱਕੋ ਮਾਮਲੇ ਦੀ ਇੱਕੋ ਸਮੇਂ 2 ਜਾਂਚ ਏਜੰਸੀਆਂ ਵੱਲੋਂ ਵੱਖਰੀ ਵੱਖਰੀ ਜਾਂਚ ਵਿੱਢੇ ਜਾਣ ਤੇ ਵੀ ਆਪ ਨੇ ਸਵਾਲ ਉਠਾਇਆ। ਮੁੱਲਾਪੁਰ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਮੋਹੀ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸਰਬਜੀਤ ਕੌਰ ਮਾਣੂਕੇ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਇਸ ਦੌਰਾਨ ਜਦੋਂ ਸਰਬਜੀਤ ਕੌਰ ਮਾਣੂਕੇ ਨੂੰ HS ਫੂਲਕਾ ਦੇ ਅਸਤੀਫੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਫੂਲਕਾ ਦੇ ਅਸਤੀਫੇ ਦਾ ਸਿੱਖ ਕੌਮ ਨੂੰ ਕਾਫੀ ਫਾਇਦਾ ਹੋਇਆ ਹੈ ਕਿਉਂਕਿ ਉਹਨਾਂ ਨੇ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਬੀਬੀ ਮਾਣੂਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਦੱਸਣ ਬਾਰੇ ਮਜੀਠੀਆ ਉਹਨਾਂ ਨੂੰ ਪਹਿਲਾਂ ਸਬੂਤ ਦੇਣ ਤੇ ਉਸ ਤੋਂ ਬਾਅਦ ਹੀ ਕੋਈ ਗੱਲ ਕਰਨ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੋਈ ਮੈਂਬਰੀ ਪੰਚ ਹੀ ਨਹੀਂ ਛੱਡਦਾ, ਉਹਨਾਂ ਨੇ ਲੀਡਰ ਆਫ ਆਪੋਜੀਸ਼ਨ ਦਾ ਅਹੁਦਾ ਛੱਡਤਾ। ਹੁਣ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਮੈਂ ਹੁਣ ਕਿਸੇ ਮੰਤਰੀ ਨੂੰ ਸਜ਼ਾ ਦਿਵਾਉਣ ਦੇ ਬਹੁਤ ਨੇੜੇ ਹਾਂ, ਉਹਨਾਂ ਨੇ ਆਪਣੀ MLA ਸ਼ਿਪ ਛੱਡਣੀ ਜ਼ਿਆਦਾ ਜ਼ਰੂਰੀ ਸਮਝੀ ਬਜਾਏ ਕਿ ਉਸ ਕੇਸ ਨੂੰ ਜਾਂ ਉਸ ਆਪਣੀ ਜਿੱਤੀ ਹੋਈ ਬਾਜੀ ਨੂੰ ਹਾਰਨ ਦੇ। ਇਹੀ ਹੈ ਜੀ, ਹੁਣ ਅਸੀਂ ਜਿਹੜੇ ਅਮਨਦੀਪ ਮੋਹੀ ਜੀ ਆ ਉਹ ਮੋਹੀ ਪਿੰਡ ਦੇ ਜੰਮਪਲ ਆ, ਇੱਥੇ ਹੀ ਸ਼ੁਰੂ ਤੋਂ ਪੜ੍ਹੇ ਆ। ਇਹ ਬੱਚਾ ਪਾਰਟੀ ਨੇ ਇਸ ਕਰਕੇ ਚੂਜ਼ ਕੀਤਾ, ਇਹ ਕਿਸਾਨੀ ਦਾ ਦਰਦ ਚੰਗੀ ਤਰ੍ਹਾਂ ਸਮਝਦਾ ਕਿਉਂਕਿ ਇਹ ਗਰੀਬ ਕਿਸਾਨ ਦਾ ਬੱਚਾ। ਦੂਸਰੀ ਗੱਲ, ਬੇਰੁਜ਼ਗਾਰੀ ਦਾ ਦਰਦ ਸਮਝਦਾ, 31 ਸਾਲ ਦਾ ਬੱਚਾ ਸਾਡਾ, ਅਜੇ ਤਾਂ ਵਿਆਹਿਆ ਵਰਿਆ, 2 ਬੱਚੇ ਆ ਜਿਹਨੂੰ ਕੋਈ ਨੌਕਰੀ ਮਿਲਣੀ ਮਿਲੀ, ਅਤੇ ਸਾਰੇ ਦਰਦ ਇਹਨੇ ਪਿੰਡੇ 'ਤੇ ਹਟਾਏ ਹੋਏ ਆ। ਅਤੇ ਮੈਨੂੰ ਪੂਰੀ ਆਸ ਆ ਵੀ ਅਮਨਦੀਪ ਸਿੰਘ ਮੋਹੀ ਵਧੀਆ ਕੈਂਡੀਡੇਟ ਬਣ ਕੇ ਉਮੀਦਵਾਰ ਮੈਦਾਨ 'ਚ ਉਤਰੇਗਾ ਅਤੇ ਲੋਕਾਂ ਦੇ ਉਮੀਦਾਂ 'ਤੇ ਖਰਾ ਉਤਰੇ। ਪਹਿਲੀ ਗੱਲ ਤਾਂ ਮਜੀਠੀਆ ਜੀ ਇਹ ਗੱਲ ਪ੍ਰੂਫ ਕਰ ਦੇਣ ਵੀ ਇਕੱਠੇ ਬੈਠ ਕੇ ਇੱਕ ਦਫ਼ਤਰ 'ਚ ਹੁੰਦੇ ਆ, ਨਹੀਂ ਅਸੀਂ ਇਹਨਾਂ ਦੀਆਂ ਫੋਟੋਆਂ ਦਿਖਾਵਾਂਗੇ ਜਿੱਥੇ ਵਿਆਹ ਸ਼ਾਦੀਆਂ 'ਤੇ ਵੀ ਇਕੱਠੇ ਹੁੰਦੇ ਆ ਅਤੇ ਇਹਨਾਂ ਦੇ ਭਾਈਚਾਰੇ ਵੀ ਇਕੱਠੇ, ਇਹਨਾਂ ਦੇ ਬਿਜ਼ਨਸ ਵੀ ਇਕੱਠੇ ਆ, ਨਹੀਂ ਅਸੀਂ ਕਰ ਦਿੰਦੇ ਹਾਂ। ਠੀਕ ਹੈ, ਇਹ ਤਾਂ ਦੇਖੋ ਜੀ, ਸਾਨੂੰ ਬੀ ਟੀਮ ਦਾ ਤਾਂ ਕਹਿੰਦੇ ਹਾਂ ਕਿਉਂਕਿ 70 ਸਾਲ ਤੋਂ 4-5 ਸਾਲ ਪਹਿਲਾਂ ਇਹ ਰਲ ਕੇ ਟਿਕਟ ਟਿਕਟ ਖੇਡਦੇ ਸੀ, ਰਲ ਕੇ ਜਿੱਤਦੇ ਹਾਰਦੇ ਸੀ, ਇੱਕ ਜਿਹੜਾ ਸਰਕਾਰ ਬਣਾਉਂਦਾ ਸੀ ਦੂਜਾ ਜਿਹੜਾ ਪਿੱਛੇ ਰਹਿ ਕੇ ਇੰਜੋਏ ਕਰਦਾ ਸੀ। ਹੁਣ ਇਹਨਾਂ ਨੂੰ ਅਸੀਂ ਤਾਂ ਨਹੀਂ ਬਰਦਾਸ਼ਤ ਹੋ ਰਹੇ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਕਿੱਥੋਂ ਆ ਗਏ, ਕਿ ਤਰ੍ਹਾਂ ਤਰ੍ਹਾਂ ਦੇ ਉਹੀ ਇਲਜ਼ਾਮ ਲਾ ਰਹੇ ਜਿਹੜੇ ਇਹਨਾਂ ਨੇ ਕੰਮ ਕੀਤੇ ਹੋਏ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਤਿਆਲੀ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਮਨਪ੍ਰੀਤ ਤਿਆਲੀ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਰਹੇ। ਕਾਂਗਰਸ ਤੇ ਨਿਸ਼ਾਨਾ ਵਿੰਦਿਆਂ ਮਜੀਠੀਆ ਨੇ ਕਿਹਾ ਕਿ ਜੋ ਵੀ ਕਾਂਗਰਸੀ ਵੋਟ ਮੰਗਣ ਆਏ ਉਸ ਨੂੰ ਕੈਪਟਨ ਵੱਲੋਂ ਨਸ਼ਾ ਮੁਕਤ ਪੰਜਾਬ ਲਈ ਪਵਿੱਤਰ ਗੁਟਕਾ ਸਾਹਿਬ ਦੀ ਖਾਧੀ ਕਸਮ ਬਾਰੇ ਜ਼ਰੂਰ ਪੁੱਛਿਆ ਜਾਵੇ। ਮਜੀਠੀਆ ਨੇ ਕਿਹਾ ਕਿ ਇਸ ਦੇ ਨਾਲ ਹੀ ਸਮਾਰਟਫੋਨ ਤੇ ਘਰ ਘਰ ਰੋਜ਼ਗਾਰ ਲਈ ਭਰਵਾਏ ਗਏ ਫਾਰਮ ਬਾਰੇ ਵੀ ਸਵਾਲ ਕਰਨਾ ਚਾਹੀਦਾ ਹੈ। ਅੱਜ ਜੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸਾਡੇ ਸਤਿਕਾਰਯੋਗ ਮਨਪ੍ਰੀਤ ਸਿੰਘ ਇਆਲੀ ਸਾਹਿਬ ਨੇ ਆਪਦੇ ਅੱਜ ਕਾਗਜ਼ ਇੱਥੇ ਆ ਕੇ ਭਰੇ ਆ, ਜਿੱਥੇ ਮੈਂ ਸਮੁੱਚੇ ਵਰਕਰ ਸਾਹਿਬਾਨਾਂ ਦਾ, ਲੀਡਰਸ਼ਿਪ ਦਾ ਇਸ ਗੱਲ ਦਾ ਬੜਾ ਧੰਨਵਾਦੀ ਆ, ਉਹਨਾਂ ਨੂੰ ਵਧਾਈ ਵੀ ਦਿੰਦਾ। ਅੱਜ ਦਾਖਾ ਦੇ ਲੋਕਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ, ਪੰਜਾਬ ਦੇ ਖੇਤ ਮਜ਼ਦੂਰਾਂ ਦੀ, ਜਿਨ੍ਹਾਂ ਨਾਲ ਵੱਡਾ ਧੋਖਾ ਅਤੇ ਫਰੋਡ ਕਾਂਗਰਸ ਦੀ ਸਰਕਾਰ ਨੇ ਕੀਤਾ, ਦਾਖੇ ਦੇ ਲੋਕ ਉਹ ਲੜਾਈ ਲੜਨਗੇ। ਉੱਥੇ ਉਹ ਲੜਾਈ ਜਿੱਥੇ ਕਿਸਾਨਾਂ ਦੀ ਅਤੇ ਖੇਤ ਮਜ਼ਦੂਰਾਂ ਦੀ ਲੜਨਗੇ, ਉੱਥੇ ਉਹ ਲੜਾਈ ਪੰਜਾਬ ਦੇ ਹਰ ਨੌਜਵਾਨ ਦੀ ਵੀ ਲੜਨਗੇ, ਜਿਹਦੇ ਨਾਲ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਕਰਜ਼ਾ ਮਾਫੀ ਦਾ ਵਾਅਦਾ ਕਿਸਾਨੀ ਅਤੇ ਖੇਤ ਮਜ਼ਦੂਰਾਂ ਨਾਲ ਹੋਇਆ ਸੀ, ਦਲਿਤ ਭਰਾਵਾਂ ਨਾਲ ਹੋਇਆ ਸੀ,
ਉੱਥੇ ਨੌਜਵਾਨਾਂ ਨੂੰ ਕਿਹਾ ਸੀ ਮੈਂ ਹਰ ਘਰ ਇੱਕ ਕੈਪਟਨ ਦਊਂ। ਕੈਪਟਨ ਅਮਰਿੰਦਰ ਕਹਿੰਦਾ ਸੀ ਮੈਂ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ। ਸੋ ਜਦ ਕੋਈ ਕਾਂਗਰਸੀ ਆਊਗਾ ਉਹਨੂੰ ਇੱਕੋ ਗੱਲ ਪੁੱਛਣੀ ਹੈ ਕਿ ਉਹ ਵਾਅਦਾ ਕਿੱਥੇ, ਜਿਹੜੇ ਫਾਰਮ ਭਰਾਏ ਗਏ, ਜਿਹੜੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਗਈ, ਸ਼੍ਰੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾ ਕੇ ਜਿਹੜਾ ਕਾਂਗਰਸੀ ਗੁਰੂ ਦਾ ਨਹੀਂ ਬਣਿਆ, ਉਹਨੇ ਪੰਜਾਬ ਦੇ ਲੋਕਾਂ ਦਾ ਕਿੱਥੇ ਬਣ ਜਾਣਾ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ, ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਬ੍ਰੇਕ ਤੋਂ ਬਾਅਦ TV84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵੱਧਦੇ ਹਾਂ ਅਗਲੀ ਖਬਰ ਵੱਲ। ਅਟਾਰੀ ਬਾਰਡਰ ਕੋਲ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ। ਇੱਕ ਸ਼ਖਸ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਵੱਲੋਂ ਹੋਰਨਾਂ ਡਰੋਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਰਨ ਤਾਰਨ ਤੋਂ ਫੜੇ ਗਏ ਖਾਲਿਸਤਾਨੀ ਸਮਰਥਕਾਂ ਦਾ ਕਬੂਲਨਾਮਾ ਇਸ ਵਿੱਚ ਸਾਹਮਣੇ ਆਇਆ ਹੈ। ਇਹਨਾਂ ਦੀ 26/11 ਜਿਹੇ ਹਮਲੇ ਦੀ ਤਿਆਰੀ ਸੀ। ਹਮਲੇ ਲਈ ਡਰੋਨ ਜ਼ਰੀਏ ਹਥਿਆਰ ਪਹੁੰਚਾਏ ਗਏ ਸਨ। ਹਥਿਆਰਾਂ ਦੇ ਨਾਲ ਸੈਟੇਲਾਈਟ ਫੋਨ ਵੀ ਭੇਜੇ ਗਏ ਨੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬੀਤੇ ਦਿਨ 4 ਖਾਲਿਸਤਾਨੀ ਸਮਰਥਕਾਂ ਨੂੰ ਤਰਨ ਤਾਰਨ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ, ਜਿਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਸਾਥੀ ਮਾਨ ਸਿੰਘ ਸਣੇ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ 3 ਅਕਤੂਬਰ ਤੱਕ 10 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। 22 ਤਰੀਕ ਨੂੰ ਆਕਾਸ਼ਦੀਪ ਦੇ ਨਾਲ 4 ਅੱਤਵਾਦੀ ਟੋਟਲ ਆਪਾਂ ਫੜੇ ਸੀਗੇ, ਆਕਾਸ਼ਦੀਪ ਦੇ ਸਮੇਤ। ਉਹਨਾਂ ਕੋਲੋਂ 1.47 ਹੋਰ ਗੋਲਾ ਬਰੂਦ ਜਾਲੀ ਕਰੰਸੀ ਬਰਾਮਦ ਹੋਈ ਸੀ ਅਤੇ 35 ਤੱਕ ਇਹਦਾ ਰਿਮਾਂਡ ਸੀਗਾ। ਰਿਮਾਂਡ ਦੇ ਦੌਰਾਨ ਇਹਨੇ ਮੰਨਿਆ ਸੀਗਾ ਵੀ ਮੈਂ ਇੱਕ ਡਰੋਨ ਜਿਹੜਾ ਆ ਉਹ ਚਵਾਲੀ ਇਹਦੇ ਵਿੱਚ ਸਾੜ ਕੇ ਡਿਸਟਰਾਈ ਕੀਤਾ ਔਰ ਇੱਕ ਇਸ ਏਰੀਏ 'ਚ ਮੈਂ ਏਰੀਏ ਦੇ ਵਿੱਚ ਉਹਨੇ ਨਕਾਸ਼ ਪਾ ਕੇ ਰੱਖਿਆ ਜੋ ਵਾਪਸ ਜਾਂਦੇ ਸਮੇਂ ਕ੍ਰੈਸ਼ ਹੋ ਗਿਆ ਸੀ। ਹਾਂ ਸਰ, ਇਹ ਜਿਹੜਾ ਆਕਾਸ਼ਦੀਪ ਆ ਇਹਨੇ ਹੋਰ ਕਿਹੜੀ ਕਿਹੜੀ ਨਿਸ਼ਾਨਦੇਹੀ ਦਿੱਤੀ ਹੈ ਤੁਹਾਨੂੰ? ਇਸ ਤੋਂ ਇਲਾਵਾ ਇੱਕ ਹੋਰ ਵੀ ਨਿਸ਼ਾਨਦੇਹੀ ਦਿੱਤੀਆਂ? ਇਹ ਨਿਸ਼ਾਨਦੇਹੀ ਇਹਨੇ ਝਵਾਲ ਤੁਹਾਨੂੰ ਇੱਕ ਗਡਾਊਨ ਸੀਗਾ, ਪੁਰਾਣਾ ਸੈਲਰ ਸੀਗਾ ਜਿਹੜਾ ਉਹ SBI ਬੈਂਕ ਦੇ ਕੋਲ ਗਿਰਵੀ ਪਿਆ ਆ ਪਿਛਲੇ 10 ਸਾਲ ਤੋਂ, ਅਤੇ ਉਹ ਬੰਦ ਸੀ, ਬੇਆਬਾਦ ਸੀ, ਉਹਨਾਂ ਨੇ ਯੂਜ਼ ਕੀਤਾ ਇਸ ਕੰਮ ਵਾਸਤੇ ਡਿਸਟਰੋਏ ਕਰਨ ਵਾਸਤੇ। ਇੱਥੇ ਦਾ ਜਿਹੜਾ ਸੀ ਉਹ ਕ੍ਰੈਸ਼ ਹੋ ਗਿਆ ਜਾਂ ਕ੍ਰੈਸ਼ ਹੋ ਗਿਆ ਸੀ? ਅੱਛਾ, ਇਸ ਤੋਂ ਇਲਾਵਾ ਹੋਰ ਵੀ ਕੋਈ ਜਾਣਕਾਰੀ ਦਿੱਤੀ ਜੀ ਕਿਨੇ? ਨਹੀਂ, ਅਜੇ ਕੋਈ ਹੋਰ ਜਾਣਕਾਰੀ ਨਹੀਂ, ਪੁੱਛ ਕੇ ਚੱਲ ਰਹੀ ਹੈ ਜੀ, ਤਾਂ ਜਦੋਂ ਵੀ ਕੋਈ ਹੋਈ ਗੱਲਬਾਤ ਦੱਸੀ ਹੈ। ਇੱਕ ਉਹਨੇ ਇਹ ਵੀ ਦੱਸਿਆ ਜੀ ਕਿ 7-8 ਵਾਰੀ ਡਰੋਨ ਜਿਹੜੇ ਆਏ ਗਏ ਹੈ? ਬਿਲਕੁਲ ਅਤੇ ਓਕੇ, ਅਤੇ ਇਹ ਡਰੋਨਸ ਦਾ ਪਤਾ ਕਿਉਂ ਨਹੀਂ ਲੱਗਦਾ ਜੀ, ਕਿਉਂ ਜਦੋਂ ਆਉਂਦੇ ਰਹੇ ਇੱਥੇ ਤਾਂ ਕਿਉਂ ਨਹੀਂ ਪਤਾ ਲੱਗਾ ਕਿ ਕੋਈ BSF ਹੀ ਤੈਨਾਤ ਹੈ ਜੀ? ਇਹ ਥੋੜ੍ਹੀ ਨਿਵੇਂ ਜਾਂ 300-400 ਮੀਟਰ ਦੇ ਉੱਡਦੇ ਨੇ ਜਿਹੜੇ ਸਾਡੇ ਰਡਾਰ ਦੇ ਵਿੱਚ ਨਹੀਂ ਹੁੰਦੇ, ਪਰ ਬੇਸਿਕਲੀ ਮੈਨੂਅਲ ਤੌਰ 'ਤੇ ਆਪਾਂ ਇਹਨੂੰ ਓਬਜ਼ਰਵ ਕਰਦੇ ਰਹਿੰਦੇ ਹਾਂ, ਓਬਜ਼ਰਵ ਕਰ ਰਹੇ ਹਾਂ ਤਾਂ ਫਿਰ ਫੜੇ ਗਏ ਨੇ। ਪੰਜਾਬ ਵਿੱਚ ਫੜੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਟੈਰਰ ਮੋਡਿਊਲ ਜਾਂਚ ਦੇ ਮੁੱਦੇ 'ਤੇ ਸਿਆਸਤ ਕਾਫੀ ਤੇਜ਼ ਹੋ ਗਈ ਹੈ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਚਿੱਠੀ ਲਿਖ ਕੇ ਭਾਰਤੀ ਏਜੰਸੀਆਂ ਤੇ ਮੁੱਖ ਮੰਤਰੀ ਪੰਜਾਬ ਨੂੰ ਧਮਕੀ ਭਰੀ ਚਿੱਠੀ ਭੇਜੀ ਹੈ। KZF ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਨਿਰਦੋਸ਼ਾਂ ਉੱਪਰ ਜ਼ੁਲਮ ਬੰਦ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਪੁਲਿਸ ਅਫਸਰਾਂ ਨੂੰ ਵੀ ਧਮਕੀ ਦਿੱਤੀ ਕਿ ਉਹ ਆਪਣੇ ਪਰਿਵਾਰਾਂ ਨੂੰ ਸਾਂਭ ਲੈਣ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਸਾਡਾ ਹੱਕ ਹੈ ਤੇ ਇਸ ਦੀ ਪ੍ਰਾਪਤੀ ਲਈ ਅਸੀਂ ਆਖਰੀ ਸਾਹਾਂ ਤੱਕ ਲੜਾਂਗੇ। ਜਰਮਨੀ ਵਿੱਚ ਰਹਿਣ ਵਾਲੇ ਗੁਰਮੀਤ ਸਿੰਘ ਉਰਫ ਬੱਗਾ ਆਪਣੇ ਛੋਟੇ ਭਰਾ ਗੁਰਦੇਵ ਸਿੰਘ ਉਰਫ ਪ੍ਰੈਟੀ ਦੀ ਗ੍ਰਿਫਤਾਰੀ ਤੋਂ ਬਾਅਦ ਕਾਫੀ ਗੁੱਸੇ ਵਿੱਚ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਝੱਜਾ ਦੇ ਰਹਿਣ ਵਾਲੇ ਬੱਗਾ ਨੇ ਜਰਮਨੀ ਤੋਂ ਵੀਡੀਓ ਜਾਰੀ ਕਰ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਬੱਗਾ ਨੇ ਕਿਹਾ ਕਿ ਪੰਜਾਬ ਪੁਲਿਸ ਝੂਠੀਆਂ ਕਹਾਣੀਆਂ ਬਣਾ ਰਹੀ ਹੈ। ਉਹਨਾਂ ਕਿਹਾ ਕਿ ਉਸ ਨੂੰ ਆਪਣੇ ਭਰਾ ਦੀ ਗ੍ਰਿਫਤਾਰੀ ਤੇ ਦੁੱਖ ਨਹੀਂ ਹੈ, ਭਾਵੇਂ ਪੁਲਿਸ ਉਸਦੇ ਪੂਰੇ ਪਰਿਵਾਰ ਨੂੰ ਚੁਰਾਹੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਵੇ, ਉਹਨਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਹਾਲਾਂਕਿ ਬੱਗਾ ਨੇ ਨਾਲ ਹੀ ਇਹ ਵੀ ਕਿਹਾ ਕਿ ਪੁਲਿਸ ਵਾਲਿਆਂ ਦੇ ਵੀ ਪਰਿਵਾਰ ਨੇ ਤੇ ਜਿਵੇਂ ਉਹ ਕਰਨਗੇ ਉਵੇਂ ਹੀ
ਅਸੀਂ ਵੀ ਕਰਾਂਗੇ, ਜਿੱਧਰ ਉਹ ਨੱਠਣਗੇ ਅਸੀਂ ਵੀ ਉੱਧਰ ਹੀ ਨੱਠਾਂਗੇ। ਪੁਲਿਸ ਵੱਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਣ ਦੇ ਦਾਅਵੇ ਤੇ ਬੱਗਾ ਨੇ ਕਿਹਾ ਕਿ ਇਹਨਾਂ ਤੋਂ ਕੋਈ ਪੁੱਛੇ ਕਿ ਬਾਰਡਰ ਤੇ ਇੰਨੀ BSF ਲੱਗੀ ਹੈ ਤਾਂ ਫਿਰ ਇੰਨੇ ਹਥਿਆਰ ਕਿੱਥੋਂ ਆ ਗਏ। ਪੁਲਿਸ ਹਥਿਆਰਾਂ ਦੀ ਬਰਾਮਦਗੀ ਨੌਜਵਾਨਾਂ ਤੋਂ ਦਿਖਾ ਕੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਪਿਛਲੇ ਦੌਰ ਵਿੱਚ ਲੈ ਕੇ ਜਾਣਾ ਚਾਹੁੰਦੀ ਹੈ। ਬੱਗਾ ਨੇ ਕਿਹਾ ਕਿ ਪੰਜਾਬ ਦੀ ਕੁਝ ਜਵਾਨੀ ਨੂੰ ਨਸ਼ੇ ਨੇ ਬਰਬਾਦ ਕਰ ਦਿੱਤਾ ਤੇ ਬਾਕੀਆਂ ਨੂੰ ਪੁਲਿਸ ਬਰਬਾਦ ਕਰਨਾ ਚਾਹੁੰਦੀ ਹੈ। ਪੁਲਿਸ ਦੀ ਕਾਰਜ ਪ੍ਰਣਾਲੀ ਦੀ ਨਿੰਦਾ ਕਰਦਿਆਂ ਬੱਗਾ ਨੇ ਆਪਣਾ ਵੀਡੀਓ ਮੈਸੇਜ ਸਮਾਪਤ ਕੀਤਾ। ਜੋ ਕਹਿਣਾ ਚਾਹੁੰਦਾ ਜੋ ਪੰਜਾਬ ਪੁਲਿਸ ਕਹਾਣੀਆਂ ਬਣਾ ਰਹੀ ਆ ਅਤੇ ਮੇਰੇ ਭਰਾ ਨੂੰ ਫੜ ਕੇ ਅੰਦਰ ਕੀਤਾ, ਉਸ ਚੀਜ਼ ਦਾ ਮੈਨੂੰ ਕੋਈ ਰੋਸ ਨਹੀਂ ਹੈਗਾ। ਭਾਵੇਂ ਮੇਰੇ ਪਰਿਵਾਰ ਨੂੰ ਸਾਰਿਆਂ ਨੂੰ ਚੌਂਕ 'ਚ ਖੜ ਕੇ ਗੋਲੀ ਮਾਰ ਦਿਓ, ਮੈਂ ਤਾਂ ਵੀ ਉਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ। ਠੀਕ ਹੈ ਜੀ, ਇਹ ਕਹਿੰਦੇ ਅਸੀਂ ਆ ਕਰਨਾ ਇੱਦਾਂ, ਬਾਕੀ ਦੂਜੀ ਮਗਰ ਇਹਨਾਂ ਦੇ ਪਰਿਵਾਰ ਵੀ ਹੈਗੇ ਆ ਪੁਲਿਸ ਵਾਲਿਆਂ ਦੇ ਵੀ, ਇੱਡੀ ਕੋਈ ਗੱਲ ਨਹੀਂ ਹੈਗੀ, ਜੇ ਜਿੱਧਰ ਨੂੰ ਨੱਠਣਗੇ ਉੱਧਰ ਨੂੰ ਫੇਸ ਹੀ ਹੋ ਜਾਵਾਂਗੇ। ਦੂਜੀ ਗੱਲ ਮੈਂ ਕਿ ਜਿਹੜੀ ਹੈਗੀ ਆ ਇਹਨਾਂ ਨੇ ਮੈਂ ਕਹਿੰਦੇ ਵੀ ਹਥਿਆਰ ਇੰਨੇ ਆਏ ਆ, ਮੈਨੂੰ ਪੁੱਛਣ ਵਾਲਾ ਵੀ ਤੁਹਾਡੇ ਬਾਰਡਰ 'ਤੇ ਇੰਨੀ BSF ਲੱਗੀ ਆ ਤਾਂ ਉੱਥੇ ਹਥਿਆਰ ਕਿੱਥੋਂ ਆ ਗਏ ਆ, ਉੱਥੇ ਸਾਰੀ ਤੁਹਾਡੀ ਇੰਨੀ BSF ਕੰਡ ਹੀ ਹਥਿਆਰ ਆ ਗਏ ਆ, ਇਹ ਸਾਰੇ ਇੰਨੀ ਆਪਣੇ ਕੋਲੋਂ ਪਾ ਕੇ ਇਹ ਪੰਜਾਬ ਦੀ ਜਿਹੜੀ ਜਵਾਨੀ ਆ ਮੁੜ ਕੇ ਫਿਰ ਕਾਣ ਕਰਨਾ ਚਾਹੁੰਦਾ, ਕੁਛ ਨਸ਼ਿਆਂ ਨੇ ਲੈ ਲਈ ਆ, ਕੁਛ ਹੁਣ ਇੱਦਾਂ ਕਰਕੇ ਆਪਣਾ ਪਿਛਲੇ ਦੌਰ ਨੂੰ ਚਲਾਉਣਾ ਚਾਹੁੰਦੇ ਆ ਜੀ, ਅਤੇ ਇਹਦੇ ਵਿੱਚ ਸਾਰਾ ਇਹ ਚੀਜ਼ ਦੇ ਵਿੱਚ ਮੈਂ ਇਹਨਾਂ ਦੀ ਨਿਖੇਧੀ ਕਰਦਾ ਹਾਂ। ਦਿੱਲੀ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਪੀੜਤ ਸਿੱਖ ਨੌਜਵਾਨ ਵਿੰਨੀ ਕੋਹਲੀ ਨੇ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਦੇ ਸਾਥੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ। ਨੌਜਵਾਨ ਦਾ ਦਾਅਵਾ ਹੈ ਕਿ ਉਹ ਬੰਗਲਾ ਸਾਹਿਬ ਵਿੱਚ ਸੇਵਾ ਕਰਦਾ ਸੀ, ਹੈੱਡ ਗ੍ਰੰਥੀ ਨਾਲ ਉਸਨੂੰ ਸੇਵਾ ਤੋਂ ਰੋਕਣ ਦੇ ਮਾਮਲੇ ਵਿੱਚ ਬਹਿਸ ਹੋਈ। ਇਸ ਤੋਂ ਬਾਅਦ ਹੈੱਡ ਗ੍ਰੰਥੀ ਦੇ ਸਮਰਥਕਾਂ ਨੇ ਸੁਭਾਸ਼ ਨਗਰ ਦੇ ਦਫ਼ਤਰ ਵਿੱਚ ਉਸ ਨਾਲ ਮਾਰਕੁੱਟ ਕੀਤੀ। ਨੌਜਵਾਨ ਨੇ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ। ਇਹ ਸਾਰਾ ਮਾਮਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਗਿਆਨੀ ਰਣਜੀਤ ਸਿੰਘ ਨੂੰ ਫੋਨ ਕਰਕੇ ਸਪੀਕਰ ਫੋਨ ਤੇ, ਜਿਵੇਂ ਕਿ ਵਿੰਨੀ ਜੀ ਕਹਿ ਰਹੇ ਨੇ, ਵਿੰਨੀ ਕੋਹਲੀ ਕਹਿ ਰਿਹਾ, ਜਿਵੇਂ ਸਪੀਕਰ ਫੋਨ ਤੇ ਗੱਲ ਕਰਕੇ ਕਿਹਾ ਜੀ ਇਹਨੂੰ ਕੁੱਤਿਆਂ ਆਂਗਣ ਮਾਰੋ, ਇਸ ਨੂੰ ਕੁੱਤਿਆਂ ਆਂਗਣ ਬਣਾ ਦਿਓ 9 ਵਜੇ, ਤੇ ਜਦੋਂ ਮੈਂ ਇਹਨੂੰ ਰਾਤੀ 9 ਵਜੇ ਮੇਰੇ ਆਫਿਸ ਵਿੱਚ ਪੇਸ਼ ਕਰੋ। ਜਦੋਂ ਮੈਂ ਵਿੰਨੀ ਨੂੰ ਫੋਨ ਕੀਤਾ ਤੇ ਵਿੰਨੀ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਸੀ, ਔਰ ਵਿੰਨੀ ਨੇ ਜਿਹੜੇ ਸ਼ਬਦ ਕਹੇ ਨੇ ਮੈਨੂੰ ਬੜਾ ਦੁੱਖ ਲੱਗਿਆ। ਜੇ ਵਾਕਈ ਉਹ ਸ਼ਬਦ ਜੋ ਕਹਿਣ ਅਗਰ ਹੋ ਜਾਂਦਾ ਤੇ ਸਾਡੀ ਸਾਰੀ ਸਿੱਖ ਕੌਮ ਵਾਸਤੇ ਲਾਹਨਤ ਹੈਗੀ ਹੈ। ਉਸਨੇ ਕਿਹਾ ਜੀ ਮੈਂ ਹੁਣੇ ਜਾ ਰਿਹਾ, ਮੈਂ ਵਾਲ ਕਟਾਉਣ, ਮੈਂ ਕੇਸ ਕਟਾਉਣ ਜਾ ਰਿਹਾ, ਮੈਂ ਵੀ ਕਟਾ ਰਿਹਾ ਵਾਲ, ਮੈਂ ਵਾਲ ਕਟਾ ਰਿਹਾ, ਹੁਣ ਇਹ ਸਾਡੇ ਵਾਲ ਕਟਾ ਰਿਹਾ, ਸਾਡਾ ਬੱਚਿਆਂ ਨੂੰ ਗੁਰਦੁਆਰੇ ਭੇਜਣ ਦਾ ਕੀ ਫਾਇਦਾ ਅਗਰ ਸਾਡੇ ਬੱਚੇ ਉਸ ਤੇ ਇੰਨਾ ਐਕਸ਼ਨ ਲਿੱਤਾ ਗਿਆ ਹੈ, ਇੰਨੇ ਗੰਦੇ ਤਰੀਕੇ ਨਾਲ ਮੂੰਹ 'ਚ ਪਿਸਟਲ ਪਾ ਕੇ ਬੱਚੇ ਦੇ ਪੂਰੇ ਕੱਪੜੇ ਉਤਾਰ ਕੇ ਗੰਦੀ ਵੀਡੀਓ ਬਣਾਈ ਗਈ ਹੈ ਬੱਚੇ ਦੀ, ਔਰ ਉਸ ਤੋਂ ਬਾਅਦ ਭਾਈ ਸਾਹਿਬ ਜੀ ਨਾਲ ਗੱਲ ਕੀਤੀ ਗਈ ਹੈ, ਉਹਨਾਂ ਨੇ ਕਿਹਾ ਜੀ ਹੋਰ ਇਹਨੂੰ ਮਾਰੋ, ਉਹਨਾਂ ਨੂੰ ਪੂਰਾ ਮਾਰੋ। ਮੈਂ ਅੱਜ ਜਦੋਂ ਮੈਨੂੰ ਇਹ ਸਾਰੀ ਸਾਹਿਬ ਜੀ ਨੂੰ ਮੰਨਦਾ ਸੀ, ਅੱਜ ਮੇਰਾ ਗੁਰੂ ਪ੍ਰਤੀ ਵਿਸ਼ਵਾਸ ਹੋ ਗਿਆ। ਨਹੀਂ ਜਦੋਂ ਮਨਰੇਗਾ ਵਰਕਰਾਂ ਤੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਲੁਧਿਆਣਾ ਦੇ DC ਦਫ਼ਤਰ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ ਤੇ ਜੰਮ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ। ਮਨਰੇਗਾ ਮੁਲਾਜ਼ਮ ਤੇ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ। ਅਸੀਂ ਪਿਛਲੇ 10 ਸਾਲਾਂ ਤੋਂ ਘੱਟੋ ਘੱਟ ਆਰਜੀ ਤੌਰ ਤੇ ਕੰਮ ਕਰ ਰਹੇ ਹਾਂ ਨਰੇਗਾ ਦੇ ਵਿੱਚ, ਜੋ ਵਿਕਾਸ ਦੇ ਕੰਮਾਂ ਦਾ ਰੌਲਾ ਪਾ ਰਹੀ ਹੈ ਸਰਕਾਰ ਇਸ ਟਾਈਮ ਕਿ ਅਸੀਂ ਵਿਕਾਸ ਕਰ ਰਹੇ ਹਾਂ, ਅਸੀਂ ਵਿਕਾਸ ਕਰ ਰਹੇ ਹਾਂ, ਜਦਕਿ ਇਹ ਸਾਰਾ ਅਸੀਂ ਨਰੇਗਾ ਰਾਹੀਂ ਕਰਾ ਰਹੇ ਹਾਂ, ਸੈਂਟਰ ਦਾ ਪੈਸਾ ਲਵਾ ਰਹੇ ਹਾਂ, ਇਹ ਫੋਕੀਆਂ ਗੱਲਾਂ ਕਰੀਆਂ ਨੇ, ਅਤੇ ਅੱਜ ਜੇਕਰ ਅਸੀਂ ਆਪਣੇ ਹੱਕ ਮੰਗੇ ਨੇ ਤਾਂ ਸਾਨੂੰ ਕੱਢਣ ਤੱਕ ਦੀ ਨੌਬਤ ਆ ਗਈ ਆ, ਇਹ ਕਹਿ ਰਹੇ ਨੇ ਤੁਹਾਨੂੰ ਕੱਢ ਦਾਂਗੇ ਅਸੀਂ, ਪਰ ਅਸੀਂ ਇਹ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇਕਰ ਸਾਡੇ ਨਾਲ ਕੋਈ ਟਰਮੀਨੇਸ਼ਨ ਦੀ ਗੱਲ ਚੱਲਦੀ ਹੈ ਜਾਂ ਇਹ ਜਿਹਾ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਅਸੀਂ ਜਿਹੜੀਆਂ ਜਿਮਣੀ ਚੋਣਾਂ ਨੇ ਉਹਦੇ ਵਿੱਚ ਇਹਨਾਂ ਦੇ ਕੈਂਡੀਡੇਟਾਂ ਦਾ ਨਿਕਲਣਾ ਦੁੱਬਰ ਕਰ ਦਾਂਗੇ। ਅਸੀਂ ਵੱਧ ਤੋਂ ਵੱਧ ਜਿਹੜਾ ਸਾਡੇ ਨਾਲ ਲੇਬਰਾਂ ਜਿਨ੍ਹਾਂ ਤੋਂ ਅਸੀਂ ਕੰਮ ਕਰਾਉਂਦੇ ਹਾਂ ਉਹ ਲੇਬਰਾਂ ਨੂੰ ਅਸੀਂ ਪਿੰਡਾਂ ਦੇ ਵਿੱਚੋਂ ਲੈ ਕੇ ਵੱਧ ਤੋਂ ਵੱਧ ਇਕੱਠ ਕਰਾਂਗੇ ਅਤੇ ਇਹਨਾਂ ਦਾ ਪਿੱਟ ਸਿਆਪਾ ਚੰਗੀ ਤਰ੍ਹਾਂ ਕਰਾਂਗੇ। ਸਰਕਾਰ ਦੀਆਂ ਪਾਲਿਸੀਆਂ ਨੇ ਜੋ ਗੰਦੀਆਂ ਪਾਲਿਸੀਆਂ ਨੇ, ਗੰਦੀਆਂ ਨੀਤੀਆਂ ਨੇ, ਲੋਕਾਂ ਦੇ ਖਿਲਾਫ਼ ਨੇ, ਮੁਲਾਜ਼ਮਾਂ ਦੇ ਖਿਲਾਫ਼ ਨੇ, ਕਿਸਾਨਾਂ ਦੇ ਖਿਲਾਫ਼ ਨੇ, ਇਹ ਰੁਜ਼ਗਾਰ ਦਾ ਰੌਲਾ ਪਾ ਰਹੇ ਨੇ, ਇਹ ਮੇਲੇ ਰੁਜ਼ਗਾਰ ਮੇਲੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਅਸੀਂ ਰੁਜ਼ਗਾਰ ਤਾਂ ਲੋਕਾਂ ਨੂੰ 10 ਲੱਖ ਰੁਜ਼ਗਾਰ ਦਿੱਤਾ, ਪਰ ਜਦਕਿ ਇਹ ਸਾਰੀਆਂ ਇਹ ਫੋਕੀਆਂ ਗੱਲਾਂ ਨੇ, ਕਿਸੇ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ। ਜੋਮੈਟੋ ਦਾ ਤੁਸੀਂ ਰੁਜ਼ਗਾਰ ਸਮਝਦੇ ਹੋ, ਇਹ ਕਹਿੰਦੇ ਨੇ ਜੋਮੈਟੋ 'ਤੇ ਜਾ ਕੇ ਕੰਮ ਕਰ ਲਓ 7,000 'ਤੇ ਕੰਮ ਕਰ ਲਓ ਅਤੇ ਹੋਰ ਪ੍ਰਾਈਵੇਟ ਕੰਮਾਂ 'ਚ ਕੰਪਨੀਆਂ 7,000 'ਤੇ ਕੰਮ ਕਰ ਲਓ, ਇਹ ਤੁਸੀਂ ਰੁਜ਼ਗਾਰ ਮੰਨਦੇ ਹੋ ਕਿ ਇਹ 7,000 ਨਾਲ ਸਾਡਾ ਘਰ ਚੱਲਦਾ? ਇਹ ਫੋਕੀਆਂ ਗੱਲਾਂ ਕਰਦੀ ਸਰਕਾਰ, ਇਹ ਸਰਕਾਰ ਦੇ ਪੱਲੇ ਕੁਛ ਨਹੀਂ ਹੈਗਾ, ਸਵੇ ਧਮਕੀਆਂ ਨੂੰ ਇਹ ਸਰਕਾਰ ਸਾਨੂੰ ਧਮਕੀਆਂ ਦੇ ਰਹੀ ਆ, ਅਤੇ ਇਹ ਵੀ ਸੋਚ ਲਵੇ ਜਿਹੜਾ ਇਹ ਪ੍ਰਸ਼ਾਸਨ ਆ ਇਹਨੂੰ ਐਂ ਵੀ ਇਹ ਕਿਤੇ ਐਵੇਂ ਤੁਰੇ ਫਿਰਦੇ ਨੇ, ਅਸੀਂ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਇਸ ਮਾਰ ਕੇ। ਜੇਕਰ ਜਿਹੜਾ ਪੂਰੇ ਪੰਜਾਬ ਲੈਵਲ ਤੇ ਅਸੀਂ ਇਹ ਧਰਨੇ ਮੁਜ਼ਾਰੇ ਚੰਗੀ ਤਰ੍ਹਾਂ ਕਰਾਂਗੇ ਤੇ ਇਹਨਾਂ ਨੂੰ ਅਸੀਂ ਸੀਟਾਂ ਨਹੀਂ ਕੱਢਣ ਦਿੰਦੇ। ਉਧਰ ਬਠਿੰਡਾ ਵਿੱਚ ਕਿਸਾਨਾਂ ਵੱਲੋਂ ਕਰਜ਼ਾ ਮਾਫੀ ਸਮੇਤ ਆਪਣੀਆਂ ਹੋਰ ਹੱਕੀ ਮੰਗਾਂ
ਅਸੀਂ ਡੀਸੀ ਬਠਿੰਡਾ ਤੋਂ ਲਾ ਕੇ ਮਨਪ੍ਰੀਤ ਦੇ ਦਫ਼ਤਰ ਤੱਕ ਰੋਸ ਮਾਰਚ ਕੀਤਾ ਕਿ ਜਿਹੜਾ ਚੋਣਾਂ ਵੇਲੇ ਤੁਸੀਂ ਵਾਅਦਾ ਕੀਤਾ ਸੀ ਕਰਜ਼ੇ ਮਾਫੀ ਦਾ, ਨੌਕਰੀਆਂ ਦਾ, ਚਿੱਟਾ ਖਤਮ ਕਰਨ ਦਾ, ਇੱਕ ਵੀ ਸਰਕਾਰ ਨੇ 2.5 ਸਾਲਾਂ 'ਚ ਵਾਅਦਾ ਨਹੀਂ ਪੂਰਾ ਕੀਤਾ। ਆ ਜਿੰਨੇ ਮਗਰ ਖੜ੍ਹੇ ਆ 5 ਏਕੜ ਵਾਲੇ ਕਿਸਾਨ ਆ ਜਿਹੜੇ ਕਰਜ਼ੇ ਦੇ ਘੇਰੇ ਦੇ ਵਿੱਚ ਆਉਣ ਵਾਲੇ ਆ, ਸਰਕਾਰ ਕਰਜ਼ੇ ਤੋਂ ਭੱਜ ਚੁੱਕੀ ਆ। ਇਹਨਾਂ ਵਾਅਦਿਆਂ ਲਾਗੂ ਕਰਵਾਉਣ ਦੀ ਖਾਤਰ ਅਸੀਂ ਮੋਰਚੇ ਸ਼ੁਰੂ ਕੀਤੇ ਸੀ, ਅੱਜ ਲਾਸਟ ਸਮਾਪਤ ਆ ਮੋਰਚੇ, ਮਨਪ੍ਰੀਤ ਦੇ ਦਫ਼ਤਰ ਕੋਲ ਲਿਆ ਕੇ ਅਸੀਂ ਮਾਰਚ ਕੀਤਾ। ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਆਉਣ ਵਾਲੇ ਦਿਨਾਂ ਤਿੱਖਾ ਸੰਘਰਸ਼ ਕਰਕੇ, ਅਤੇ ਜਿਹੜੀ ਬਾਕੀ ਦੀ ਫਿਲਮ ਆ ਉਹ ਮਨਪ੍ਰੀਤ ਨੂੰ, ਅਤੇ ਜਿਹੜਾ ਕੈਪਟਨ ਆ ਸਾਛੀ ਆ ਮੁੱਖ ਮੰਤਰੀ ਨਹੀਂ ਰਾਂਝਾ, ਉਹਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਸਬਕ ਸਿਖਾਵਾਂਗੇ। ਲੋਕਾਂ ਦੀ ਤਾਤ ਨਾਲ ਧੌਂ 'ਤੇ ਗੋਡਾ ਧਰ ਕੇ ਕਿਸਾਨਾਂ ਦੇ ਕਰਜ਼ੇ 'ਤੇ ਲੀਖ ਫਰਾਵਾਂਗੇ। ਆਉਣ ਵਾਲੇ ਦਿਨਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ। ਤੁਹਾਨੂੰ ਕੋਈ ਮਿਲਣ ਆਇਆ ਕਾਂਗਰਸੀਆਂ ਦੇ ਵਿੱਚ? ਦੇਖੋ ਜੀ, ਅੱਜ ਸਾਡਾ ਪ੍ਰੋਗਰਾਮ ਨਹੀਂ ਸੀ, ਅੱਜ ਸਾਡਾ ਪ੍ਰੋਗਰਾਮ ਸੀ ਸ਼ਾਂਤਮਈ, ਸ਼ਾਂਤਮਈ ਪ੍ਰੋਗਰਾਮ ਕੀਤਾ, ਉਹਦੇ ਅਧੀਨ ਹੀ ਅਸੀਂ ਮਾਰਚ ਕੀਤਾ। ਜਿੱਦੇ ਫੈਸਲਾ ਕਰ ਲਿਆ ਮਿਲਣਾ, ਉਹਦੇ ਬੈਰੀਅਰ ਪੱਟ ਕੇ ਉਹਦੇ ਮਨਪੀ ਦੇ ਵਿੱਚ ਧਰ ਕੇ ਆਵਾਂਗੇ। ਤੇ ਇਸ ਹਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਵਧਿਆ ਕਲੇਸ਼, ਹਰਿਆਣਾ ਦੇ ਵਿਧਾਨ ਸਭਾ ਹਲਕਾ ਕਾਲਾਮਲੀ ਤੋਂ ਵਿਧਾਇਕ ਬਲਕੌਰ ਸਿੰਘ ਨੇ ਅਕਾਲੀ ਦਲ ਛੱਡ ਬੀਜੇਪੀ ਦਾ ਪੱਲਾ ਫੜਿਆ। ਬਲਕੌਰ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਕਰਾਉਣ ਤੇ ਸੁਖਬੀਰ ਬਾਦਲ ਹੋਏ ਲੋਹੇ ਲਾਖੇ, ਭਾਜਪਾ ਤੇ ਮਰਿਆਦਾ ਤੋੜਨ ਦੇ ਲਗਾਏ ਆਰੋਪ, ਕਿਹਾ ਹਰਿਆਣਾ ਵਿੱਚ ਅਕਾਲੀ ਦਲ ਆਪਣੇ ਦਮ ਤੇ ਲੜੇਗੀ ਚੋਣਾਂ। ਜ਼ਿਮਨੀ ਚੋਣਾਂ ਤੇ ਪੱਖੀ ਸਿਆਸਤ, ਮੁੱਲਾਪੁਰ ਦਾਖਾ ਵਿੱਚ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ। ਆਪ ਉਮੀਦਵਾਰ ਅਮਨਦੀਪ ਮੋਹੀ ਤੇ ਅਕਾਲੀ ਉਮੀਦਵਾਰ ਮਨਪ੍ਰੀਤ ਏਆਲੀ ਨੇ ਭਰੀਆਂ ਨਾਮਜ਼ਦਗੀਆਂ, ਆਪੋ ਆਪਣੀ ਜਿੱਤ ਦੇ ਕੀਤੇ ਦਾਅਵੇ। ਪੁਲਿਸ ਵੱਲੋਂ ਅਟਾਰੀ ਬਾਰਡਰ ਕੋਲੋਂ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ, ਇੱਕ ਸ਼ਖਸ ਨੂੰ ਲਿਆ ਹਿਰਾਸਤ ਵਿੱਚ। ਤਰਨ ਤਾਰਨ ਤੋਂ ਫੜੇ ਗਏ ਖਾਲਿਸਤਾਨੀ ਸਮਰਥਕਾਂ ਤੇ ਉੱਠੀ ਉਂਗਲੀ, ਵੱਡੇ ਹਮਲੇ ਦੀ ਬਣਾ ਰਹੇ ਸਨ ਯੋਜਨਾ, ਪੁਲਿਸ ਦੀ ਜਾਂਚ ਜਾਰੀ। ਤੇ ਸੂਬੇ ਭਰ ਵਿੱਚ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ, ਮਨਰੇਗਾ ਵਰਕਰਾਂ, ਬੇਰੁਜ਼ਗਾਰ ਅਧਿਆਪਕਾਂ, ਕਰਜ਼ਾਈ ਕਿਸਾਨਾਂ ਤੇ ਹੋਰ ਮੁਲਾਜ਼ਮਾਂ ਵੱਲੋਂ ਧਰਨੇ ਜਾਰੀ, ਕਈ ਥਾਈਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨਕਾਰੀ ਭੁੱਖ ਹੜਤਾਲ ਤੇ। ਇਸ ਨਾਲ ਹੀ TV84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।